ਮਤਾ ਤੁਹਾਨੂੰ 4:30 ਦੇ ਕੋਈ ਟਾਈਮ ਤੇ ਫੋਨ ਆਇਆ, ਉਹ ਸਾਡੇ ਰਿਸ਼ਤੇਦਾਰ ਨੇ ਫੋਨ ਕੀਤਾ ਹਾਂ ਕੀ ਦਵਾਈ ਨੇ ਕੁਲਦੀਪ ਸਿੰਘ ਦੇ ਪੂਰਾ ਹੋ ਗਿਆ, ਉਹਦਾ ਹਵਾਲਾ ਹੋ ਗਿਆ ਮਾਰ ਕਰ ਜਾਣ ਨੂੰ। ਮੈਨੂੰ ਮੈਂ ਪੁੱਛਿਆ ਕਹਿੰਦੇ ਮਾਰਿਆ ਬੰਦਾ ਵੀ ਅੱਤਵਾਦੀਆਂ ਨੇ ਬਾਹਰ ਦੀ ਸਾਈਡ ਤੋਂ ਫੈਲ ਕਰਕੇ ਮਾਰ ਦਿੱਤਾ ਉਹਨੂੰ। ਬਸ ਇੱਥੋਂ ਤੱਕ ਕੀ ਗੱਲ ਹੋਈ। ਕਿੰਨੇ ਬੱਚੇ ਤੁਹਾਡੇ? ਬੱਚੇ 3 ਨੇ। ਕੀ ਕਰਦੇ? 3 ਆਰਮੀ ਦੇ। ਅੱਜ ਤੁਹਾਡੇ ਬੱਚੇ ਨੇ ਫੌਜ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ, ਕੀ ਕਹਿਣਾ ਚਾਹੋਗੇ? ਅਸੀਂ ਤੇ ਇਹ ਕਹਿਣਾ ਚਾਹੁੰਦੇ ਹਾਂ ਵੀ ਦੇਸ਼ ਵਾਸਤੇ ਉਹਨੇ ਸ਼ਹੀਦੀ ਪੂਜਾ ਪਾਈ ਹੈ ਤੇ ਬਹੁਤ ਮਾੜੀ ਗੱਲ ਹੋਈ ਆ। ਬੱਚੇ ਛੋਟੇ ਆ, ਨਿੱਕੇ ਨਿੱਕੇ ਸਾਲ ਦੀ ਗੱਡੀ ਆ, 5 ਸਾਲਾਂ ਦਾ ਬੱਚਾ ਤੇ ਕੋਈ ਮਦਦ ਕੀਤੀ ਜਾਵੇ ਸਰਕਾਰ ਨੂੰ ਤੇ ਨੌਕਰੀ ਉਹਨੂੰ ਦਿੱਤੀ ਜਾਵੇ ਤਾਂ ਆਪਣੇ ਬੱਚੇ ਪਾ ਸਕੇ। ਅਸੀਂ ਮਾਤਾ ਪਿਤਾ ਦੋਵੇਂ ਬਿਮਾਰ ਹਾਂ ਤੇ ਅਸੀਂ ਕੋਈ ਉਹਨਾਂ ਨੂੰ ਰੋਟੀ ਨਹੀਂ ਦੇ ਸਕਦੇ। ਇਹ ਬੇਨਤੀ ਹੈ ਵੱਖੋ ਵੱਖੀ ਸਾਰੇ, ਤੁਹਾਨੂੰ ਪਤਾ ਬੱਚੇ ਹੋ ਜਾਂਦੇ, ਕੋਈ ਕਹਿਣ ਦਿੰਦਾ ਨਹੀਂ ਦੂਜਾ। ਡੈਡ ਬੋਡੀ ਦਾ ਕੀ ਕਹਿੰਦੇ ਸਰਕਾਰ? ਸਰਕਾਰ ਦਾ ਉਹਨਾਂ ਹੁਣ ਆਖਿਆ ਵੀ ਸ਼ਾਮਾਂ ਤੱਕ ਸਵੇਰੇ ਸੌ ਕੇ ਤੇ ਆਵਾਂਗੇ ਕੱਲ੍ਹ 6 ਵਜੇ ਤੱਕ। ਲੁੱਟਾਂ ਮੇਰੇ ਕੋ ਉੱਠਿਆ ਨੀ ਜੋ ਜਾਣਾ, ਇਸ ਤਰ੍ਹਾਂ ਮੈਂ ਤੁਰ ਜਾਣਾ ਜੋ ਪੁੱਤ ਵੇ ਕਿੱਥੇ ਤੈਨੂੰ ਮੈਂ ਬਾਜਾ ਮਾਰਾਂ। ਮਾਤਾ ਜੀ ਤੁਹਾਡਾ ਪੁੱਤ ਸ਼ਹੀਦ ਹੋ ਗਿਆ ਵਾ, ਦੇਸ਼ ਲਈ ਜਾਨ ਦਿੱਤੀ ਉਹਨੇ ਆਪਣੀ, ਕੀ ਕਹਿਣਾ ਚਾਹੁੰਦੇ ਜੋ? ਬਹੁਤ ਸੋਹਣਾ, ਚਲੋ ਮਾਲਕ ਨੇ ਸੋਹਣੀ ਰੋਟੀ ਦਿੱਤੀ ਸੀ, ਇਸ ਗੱਲ ਦਾ ਮੈਨੂੰ ਨਹੀਂ ਪਤਾ ਹੈਗਾ। ਮੈਂ ਉਹਨਾਂ ਨੂੰ ਗੱਲਾਂ ਵੀ ਉਹਨੇ ਪਹਿਲਾਂ 10 ਵਜੇ ਕੀਤੀਆਂ, ਤਾਂ ਮੈਂ ਕੀ ਕਰਦੀ ਮੈਂ ਤੁਹਾਨੂੰ ਦੇਖਾ ਗੱਡੀ ਪੁੱਤ ਅੱਧਾ ਪਾਣੀ ਪੀ ਲਿਆ ਸੀ, ਚਾਹ ਪੀ ਲਈ ਆ, ਰੋਟੀ ਖਾ ਲਈ, ਮੁੜ ਕੇ ਕਹਿੰਦਾ ਦਵਾਈ ਨਾ ਛੱਡੀ। ਮੈਨੂੰ ਨਹੀਂ ਪਤਾ ਵੀ ਮੈਨੂੰ ਕਿਹੜੀਆਂ ਦਵਾਈਆਂ ਦੀਆਂ ਪੱਕੇ ਨਾਲ ਕਰਨ ਦੀਆਂ, ਤੁਹਾਡੇ ਨਾਲ ਕਾਫੀ ਪਿਆਰ ਸੀ ਫਿਰ ਪ੍ਰੀਤਾ? ਹਾਂਜੀ ਬੜਾ ਪਿਆਰ ਸੀ, ਵੱਡਾ ਸੀ ਮੇਰਾ ਪੁੱਤ, ਮੈਨੂੰ ਬੜਾ ਉਹਦਾ ਪਿਆਰ ਸੀ। ਕਿੰਨੇ ਬੱਚੇ ਮਾਤਾ ਜੀ? 3 ਕਾਕੇ। ਫੌਜ ਹੀ ਆ? ਹਾਂਜੀ ਫੌਜ। ਤੇ ਉਹਦੇ ਕਿੰਨੇ ਬੱਚੇ ਆ ਆਪਣੇ ਕੁਲਦੀਪ ਦੇ? ਕੁਲਦੀਪ ਦੇ ਕੁੜੀ ਸਰ, ਇਹ 5 ਭੈਣ ਭਰਾ ਆ ਤੇ ਸਭ ਤੋਂ ਵੱਡਾ ਕੁਲਦੀਪ ਸਿੰਘ ਆ, ਉਸ ਤੋਂ ਬਾਅਦ ਛੋਟਾ ਜਿਹੜਾ ਆ ਉਹ ਬਲਵਿੰਦਰ ਸਿੰਘ ਆ, ਸਭ ਤੋਂ ਛੋਟਾ ਜਿਹੜਾ ਤਲਵਿੰਦਰ ਸਿੰਘ ਆ ਸਰ, ਇੱਕ ਹੋਰ ਸਿਖਲਾਈ ਦੇ ਵਿੱਚ ਹੀ ਕੁਲਦੀਪ ਸਿੰਘ, ਉਸ ਤੋਂ ਬਾਅਦ ਫਿਰ ਬਲਵਿੰਦਰ ਸਿੰਘ ਸਰ ਉਹ 9 ਸਿਖਲਾਈ ਦੇ ਵਿੱਚ ਹੀ, ਤਲਵਿੰਦਰ ਸਿੰਘ ਸਰ ਉਹ 2 ਸਿਖਲਾਈ ਦੇ ਵਿੱਚ ਇਸ ਟਾਈਮ ਦੇਸ਼ ਦੀ ਸੇਵਾ ਕਰਨ ਲਿਆ, ਫੌਰਨ ਦੇ ਵਿੱਚ ਗਿਆ ਉਹ। ਹਾਂਜੀ ਸਰ 3 ਪਹੁੰਚ ਆ। ਇਹਨਾਂ ਵਾਸਤੇ ਸਰ ਇਹਦੇ ਮੇਰਾ ਨਾ ਮਤਲਬ ਕਿ ਸੱਜੀ ਬਾਂਹ ਹੀ ਸਰ, ਮੇਰਾ ਹੀਰਾ ਭਰਾ ਸੀ, ਮੇਰਾ ਸਾਰਾ ਨਹੀਂ ਮੇਰਾ ਭਰਾ ਸੀ ਸਰ, ਬਹੁਤ ਮੇਰਾ ਇੰਨਾ ਪਿਆਰ ਸੀ। ਪਹਿਲੋਂ ਸਟੇਸ਼ਨ ਤੋਂ ਆਉਣਾ ਮੇਰੇ ਕੋਈ ਉਹਨਾਂ ਛੁੱਟੀ ਕੱਟ ਕੇ ਜਾਣਾ, ਮੇਰੇ ਕੋਈ ਆਉਣਾ ਮਈਓ ਹੀ ਛੁੱਟੀ ਉਹਨਾਂ ਨੂੰ ਸਟੇਸ਼ਨ ਤੇ ਪਹੁੰਚ ਜਾਣਾ, ਮਈਓ ਹੀ ਉਹਨਾਂ ਨੂੰ ਲੈਣ ਜਾਣਾ ਆ, ਮੇਰੇ ਕੋਈ ਰਹਿੰਦੇ ਆ ਸਟੇਸ਼ਨ ਦੇ ਲਾਗੇ, ਮੇਰਾ ਛਿਆੜਾ ਬਾਬਾ ਜੀਵ ਸਿੰਘ ਕਲੋਨੀ ਮੇਨ CP2 ਆਰਮੀ ਗੇਟ ਦੇ ਸਾਹਮਣੇ।